ਐਮਪੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਲੁਧਿਆਣਾ ਸ਼ਹਿਰ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਰਵਨੀਤ ਸਿੰਘ ਬਿੱਟੂ ਕੌਂਸਲਰ ਹਰਕਰਨ ਸਿੰਘ ਵੈਦ ਦੇ ਵਾਰਡ ਨੰਬਰ 44 ਵਿੱਚ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਦੇਖੋ, ਖਾਸ ਤੌਰ 'ਤੇ ਮੇਅਰ ਸਾਹਿਬ ਕਟਵਲ ਸਾਹਿਬ ਅਤੇ ਮੈਂ ਖਾਸ ਤੌਰ 'ਤੇ ਕਰਨ ਵੈਦ ਸਾਹਿਬ ਦੇ ਵਾਰਡ 'ਚ ਆਹ ਜਿਹੜੀ ਸੜਕ ਹੈ 89 ਲੈਖ ਦੀ ਜਿਹੜੀ ਆ ਆਲੇ ਦੁਆਲੇ ਇਹਦੇ ਬਿਲਕੁਲ ਆ ਰੋਡ ਦੇ ਟਾਈਲਾਂ ਲੱਗਣੀਆਂ ਹੈ, ਬਿਊਟੀਫਿਕੇਸ਼ਨ ਆ ਜਿਹੜੀ ਇਹਦੀ ਹੋਣੀ ਆ ਸਾਰਾ, ਕਿਉਂਕਿ ਬਹੁਤ ਹੀ ਸੋਹਣਾ ਮਹੱਲਾ ਹੈ ਇਹਦਾ 89 ਲੈਖ ਦਾ ਕੰਮ ਆ। ਅਤੇ ਨਾਲ ਹੀ ਜਿਹੜਾ ਸਤਪਾਲ ਮਿੱਤਲ ਪਾਰਕ ਉਹਨਾਂ ਦੇ ਵਿੱਚ 43 ਲੱਖ 43 ਲੱਖ ਦਾ ਉਹਦਾ ਪਾਰਕ ਦਾ ਕੰਮ ਆ ਜਿਹੜਾ ਉਹ ਸ਼ੁਰੂ ਕਰਵਾਉਣ ਲਈ ਅੱਜ ਅਸੀਂ ਸਾਰੇ ਆਏ ਹਾਂ। ਅਤੇ ਹਰ ਜਗ੍ਹਾ ਕੋਸ਼ਿਸ਼ ਇਹ ਆ ਵੀ ਕੋਈ ਵਾਰਡ ਕੰਮ ਤੋਂ ਬਗੈਰ ਰਹਿ ਨਾ ਜਾਵੇ। ਅਕਾਲੀ ਦਲ ਤੋਂ ਐਮਪੀ ਸ਼ੇਰ ਸਿੰਘ ਘੁਬਾਇਆ ਵੱਲੋਂ ਅਸਤੀਫਾ ਦੇਣ ਨੂੰ ਲੈ ਕੇ ਉਹਨਾਂ ਕਿਹਾ ਕਿ ਪਹਿਲੇ ਬ੍ਰਹਮਪੁਰਾ ਅਤੇ ਹੁਣ ਘੁਬਾਇਆ ਵੱਲੋਂ ਅਸਤੀਫਾ ਦੇਣ ਨਾਲ ਇਹ ਸਪਸ਼ਟ ਹੋ ਜਾਂਦਾ ਹੈ ਕਿ ਟਕਸਾਲੀ ਨੇਤਾ ਕਿਸ ਪ੍ਰਕਾਰ ਬਾਦਲਾਂ ਤੋਂ ਤੰਗ ਆ ਕੇ ਇਸ ਪਾਰਟੀ ਦਾ ਸਾਥ ਛੱਡ ਰਹੇ ਨੇ। ਅਕਾਲੀ ਦਲ ਦਾ ਜਿਹੜਾ ਖਾਤਮਾ ਉਹ ਹੁੰਦਾ ਜਾ ਰਿਹਾ ਤੁਹਾਡੇ ਮੂਹਰੇ ਆ। ਦੇਖੋ, ਦੋ ਮੌਜੂਦਾ ਐਮਪੀ, ਸਭ ਤੋਂ ਸੀਨੀਅਰ ਬ੍ਰਹਮਪੁਰਾ ਸਾਹਿਬ ਖਡੂਰ ਸਾਹਿਬ ਤੋਂ ਉਹਨਾਂ ਨੇ ਅਲਵਿਦਾ ਕਹਿਤੀ, ਹੋਰ ਬਹੁਤ ਸੀਨੀਅਰ ਲੀਡਰ, ਆਹ ਹੁਣ ਸਭ ਤੋਂ ਵੱਡੀ ਜਿਹੜੀ ਸੱਟ ਆ ਜਿਹੜੀ ਫਿਰੋਜ਼ਪੁਰ, ਜਿਹੜਾ ਕਿ ਜਿੱਥੋਂ ਕਿ ਆਪ ਜਲਾਲਾਬਾਦ ਤੋਂ ਸੁਖਵੀਰ ਸਿੰਘ ਬਾਦਲ MLA ਨੇ, ਨਾਲ ਉਹਨਾਂ ਦਾ ਪਿੰਡ ਪੈ ਜਾਂਦਾ ਏ ਜਿਹੜਾ ਲੰਬੀ ਆ, ਅਤੇ ਉੱਥੇ ਦੇ MP ਜਿਹੜੇ ਦੋ ਵਾਰ MP ਰਹੇ ਉਹ ਸੁਖਵੀਰ ਸਿੰਘ ਬਾਦਲ ਨੂੰ ਆਪਣੀ ਸੀਟ MLA ਦੀ ਛੱਡ ਕੇ ਜਲਾਲਾਬਾਦ MP ਬਣੇ ਸੀ। ਅਤੇ ਅੱਜ ਜੇ ਉਹ ਵੀ ਅਕਾਲੀ ਦਲ ਨੂੰ ਅਲਵਿਦਾ ਕਹਿ ਗਏ ਨੇ, ਛੱਡ ਗਏ ਨੇ, ਤਾਂ ਇਹਦਾ ਮਤਲਬ ਬਹੁਤ ਵੱਡੀ ਕੋਈ ਕਮੀ, ਬਹੁਤ ਵੱਡਾ ਖਲਾਅ ਹੈ ਜਿਹੜਾ ਅਕਾਲੀ ਦਲ 'ਚ ਪੈਦਾ ਹੋ ਰਿਹਾ। ਸਿਰਫ ਅਕਾਲੀ ਦਲ ਮਿਲਣਾ ਸਕਦਾ ਬਾਦਲ ਸਾਹਿਬ ਅਤੇ ਬਾਦਲ ਸਾਹਿਬ ਦਾ ਪਰਿਵਾਰ ਦਾ ਅਕਾਲੀ ਦਲ ਰਹਿ ਜਾਏਗਾ। ਬਾਕੀ ਸਭ ਜਿਹੜੇ ਟਕਸਾਲੀ ਨੇ, ਜਿਨ੍ਹਾਂ ਨੇ ਅਕਾਲੀ ਦਲ ਨੂੰ ਖੂਨ ਨਾਲ ਸਿੰਜਿਆ, ਜਿਨ੍ਹਾਂ ਨੇ ਅਕਾਲੀ ਦਲ ਨੂੰ ਆਪਣੀ ਮਿਹਨਤ ਪਸੀਨੇ ਨਾਲ ਜਿਹੜਾ ਅਕਾਲੀ ਦਲ ਬਣਾਇਆ, ਉਹ ਸਾਰੇ ਹੀ ਛੱਡ ਕੇ ਆ ਜਿਹੜਾ ਉਹ ਇੱਕ ਪਾਸੇ ਹੋ ਰਹੇ ਨੇ। ਮੈਨੂੰ ਨਹੀਂ ਲੱਗਦਾ 13 ਕੈਂਡੀਡੇਟ ਵੀ ਅਕਾਲੀ ਦਲ ਨੂੰ ਲੋਕ ਸਭਾ ਇਲੈਕਸ਼ਨ ਲੜਨ ਨੂੰ ਮਿਲਣਗੇ। ਜਦਕਿ ਕੌਂਸਲਰ ਹਰਕਰਨ ਸਿੰਘ ਵੈਦ ਵੱਲੋਂ ਉਹਨਾਂ ਦੇ ਖੇਤਰ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੇ ਸੰਦਰਭ 'ਚ ਉਹਨਾਂ ਕਿਹਾ ਕਿ ਸੱਤਾ ਸੰਭਾਲਣ ਤੋਂ ਬਾਅਦ ਉਹਨਾਂ ਵੱਲੋਂ ਓਪਨ ਜਿਮ ਸਮੇਤ ਕਈ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਵਾਇਆ ਗਿਆ ਹੈ। ਜੀ, ਸਾਨੂੰ ਪਹਿਲਾਂ ਤਾਂ ਜੀ 300 ਗਜ਼ ਜਿਹੜਾ ਸਾਡਾ ਆਪਣਾ ਬਲੋਕ ਹੈਗਾ ਸੁਖਮਨੀ ਵੈਲਫੇਅਰ ਸੁਸਾਇਟੀ ਵਾਲਾ, ਉੱਥੇ 99 ਲੱਖ ਦੀ ਲਾਗਤ ਨਾਲ ਜਿਹੜੀ ਇੰਟਰਲੋਕਿੰਗ ਟਾਇਲਸ ਲੱਗਣੇ, ਜਿਹੜੀ ਕਾਫੀ ਚਿਰ ਤੋਂ ਲੌਂਗ ਪੈਂਡਿੰਗ ਡਿਮਾਂਡ ਸੀ ਸਾਡੇ ਰੈਜੀਡੈਂਟਸ ਦੀ, ਉਹ ਅਸੀਂ ਉਹਦਾ ਅੱਜ ਅਸੀਂ ਟੱਕ ਲਾਇਆ ਹੈਗਾ। ਅਤੇ ਸਾਨੂੰ ਵੱਡਾ ਬੈਨੀਫਿਟ ਹੁੰਦਾ ਹੈਗਾ, ਅਤੇ ਬਿਊਟੀਫਾਈ ਹੋ ਜੂਗਾ ਸਾਰਾ ਏਰੀਆ, ਕਾਰਸ ਦੇ ਖੜਨ ਨੂੰ ਥਾਂ ਬੜੀ ਵਧੀਆ ਬਣ ਜੂਗੀ, ਅਤੇ ਚੱਲਣ ਵਾਸਤੇ ਬੜਾ ਸੋਹਣਾ ਰਸਤਾ ਬਣ ਜੂਗਾ। ਅਤੇ ਜਿੱਥੇ ਕਿਤੇ ਵਾਟਰ ਲੌਗਿੰਗ ਹੁੰਦੀ ਸੀ, ਜਿੱਥੇ ਕੱਚਾ ਰਸਤਾ ਸੀਗਾ, ਉਹ ਸਾਰਾ ਖਤਮ ਹੋ ਜੂਗਾ। MP ਸਾਹਿਬ ਉਹਨੇ ਕਹਿ ਕੇ ਗਏ ਨੇ ਕਿ ਵੀ ਖਾਸ ਕਰਕੇ ਜਿਹੜੀ ਬਿਮਾਰੀਆਂ ਫੈਲਦੀਆਂ, ਕਿਤੇ ਪਾਣੀ ਸਟੈਗਨੈਂਟ ਖੜਾ ਹੋ ਜਾਂਦਾ, ਡੇਂਗੂ ਦਾ ਮੱਛਰ ਪੈਦਾ, ਉਹ ਸਾਰਾ ਖਤਮ ਹੋ ਜੂਗਾ। ਸੈਕਿੰਡਲੀ, ਇੱਥੇ ਸਤਪਾਲ ਮਿੱਤਲ ਸਕੂਲ ਦੇ ਨਾਲ ਪਾਰਕ ਹੈਗਾ ਆ, ਇੱਥੇ 41 ਲੱਖ ਦੀ ਲਾਗਤ ਨਾਲ ਪਾਰਕ ਨੂੰ ਅਸੀਂ ਦੁਬਾਰਾ ਨਵੇਂ ਸਿਰੋਂ ਡਿਵੈਲਪ ਕਰ ਰਹੇ ਹੈਗੇ ਹਾਂ। ਇਹਦੇ 'ਚ ਫੁੱਟਪਾਥ ਨਵੇਂ ਸਿਰੋਂ ਬਣ ਰਿਹਾ ਹੈਗਾ, ਕੈਨੋਪੀਜ਼ ਲੱਗ ਰਹੀਆਂ ਨੇ, ਨਾਲ ਬੈਠਕ ਬਣ ਰਹੀ ਹੈਗੀ ਆ, ਛੋਟੇ ਬੱਚਿਆਂ ਦੇ ਖੇਡਣ ਵਾਸਤੇ ਝੂਲੇ ਲੱਗ ਰਹੇ ਨੇ। ਸੋ ਜਿਹੜੀਆਂ ਬੇਸਿਕ ਨੈਸੈਸਿਟੀਜ਼ ਨੇ ਸਾਡੇ ਲੋਕਾਂ ਨੂੰ, ਸਾਡੇ ਰੈਜੀਡੈਂਟਸ ਨੂੰ, ਉਹ ਅਸੀਂ ਹੁਣੇ ਅੱਜ ਟੱਕ ਲਾ ਕੇ ਅਸੀਂ ਸ਼ੁਰੂ ਕਰ ਦਿੱਤਾ। ਮੇਰੇ ਟੈਨਿਊਰ ਦੇ ਮੈਨੂੰ ਸਾਲ ਹੋ ਗਿਆ, ਜਿੱਥੇ ਤੇ ਅਰਾਊਂਡ 2 ਕਰੋੜ ਦੇ ਨੇੜੇ ਤੇੜੇ ਅਸੀਂ ਕੰਮ ਕਰ ਚੁੱਕੇ ਹਾਂ, ਅਤੇ ਜਿਹੜਾ ਇੰਕਲੂਡਿੰਗ ਵਾਲਾ ਕੰਮ ਜਿਹੜਾ ਹੈਗਾ ਆ। ਬਿਊਰੋ ਰਿਪੋਰਟ, ਲੁਧਿਆਣਾ ਵਿਊ।